ਏਵਨ ਪੰਜਾਬੀ ਨਿਡਰ ਨਿਰਪੱਖ ਨਵੀਂ ਸੋਚ, ਮੈਂ ਤੁਹਾਡਾ ਦੋਸਤ ਸੋਮ ਸਹੋਤਾ ਤੋਂ ਲੈ ਕੇ ਹਾਜ਼ਰ ਹਾਂ ਕਰੰਟ ਇਸ਼ੂ। ਕਰੰਟ ਇਸ਼ੂ ਲਈ ਚੱਲਦੇ ਹਾਂ USA। ਦੋਸਤੋ, ਦੱਸਣਾ ਚਾਹੁੰਦਾ ਕਿ ਪਿਛਲੇ ਦਿਨੀ ਸੋਸ਼ਲ ਮੀਡੀਆ ਦੇ ਉੱਪਰ ਇੱਕ ਪੰਜਾਬ ਦੇ ਕੈਬਨਿਟ ਮੰਤਰੀ ਸੁਖਜਿੰਦਰ ਰੰਧਾਵਾ ਦਾ ਵੀਡੀਓ ਵਾਇਰਲ ਹੋ ਰਿਹਾ, ਜਿਸ ਦੇ ਵਿੱਚ ਕਿਤੇ ਨਾ ਕਿਤੇ ਗੁਰੂ ਨਾਨਕ ਸਾਹਿਬ ਦੀ ਇੱਕ ਤਸਵੀਰ ਨੂੰ ਕੈਪਟਨ ਸਾਹਿਬ ਦੀ ਤਸਵੀਰ ਦੇ ਨਾਲ ਉਹ ਤੁਲਨਾ ਕਰਦੇ ਨਜ਼ਰ ਆ ਰਹੇ ਨੇ ਔਰ ਖੂਬ ਹਾਸਾ ਮਜ਼ਾਕ ਚੱਲ ਰਿਹਾ ਹੈ। ਲੇਕਿਨ ਇਹ ਪਤਾ ਨਹੀਂ ਇਹ ਸੋਸ਼ਲ ਮੀਡੀਆ 'ਤੇ ਵੀਡੀਓ ਕਿੱਥੋਂ ਆਈ ਹੈ, ਲੇਕਿਨ ਵੱਡੀ ਗੱਲ ਇਹ ਹੈ ਕਿ ਜਦੋਂ ਹੀ ਇਹ ਸੋਸ਼ਲ ਮੀਡੀਆ 'ਤੇ ਵੀਡੀਓ ਵਾਇਰਲ ਹੋਈ ਹੈ ਔਰ ਚਾਰੇ ਪਾਸੇ ਸੁਖਜਿੰਦਰ ਸਿੰਘ ਰੰਧਾਵਾ ਜੀ ਦੇ ਦਾ ਵਿਰੋਧ ਹੋਣਾ ਸ਼ੁਰੂ ਹੋ ਗਿਆ। ਔਰ ਜੇ ਕਹੀਏ ਆਪਾਂ ਸ਼੍ਰੋਮਣੀ ਅਕਾਲੀ ਦਲ ਦੇ ਆਪਣੇ ਬਿਕਰਮ ਸਿੰਘ ਮਜੀਠੀਆ ਸਾਹਿਬ, ਜਿਹੜੇ ਕਿ ਹਮੇਸ਼ਾ ਵਾਸਤੇ ਸੁੱਖੀ ਰੰਧਾਵਾ ਨੂੰ ਆਪਣੇ ਨਿਸ਼ਾਨੇ 'ਤੇ ਰੱਖਦੇ ਨੇ ਔਰ ਆਪਣੇ ਆਪਣੇ ਹਿਸਾਬ ਦੇ ਨਾਲ ਸ਼ਬਦਾਂ ਵਿੱਚ ਉਹਨਾਂ ਦਾ ਮਤਲਬ ਪਿੱਛਾ ਵੀ ਕਰਦੇ ਨੇ ਔਰ ਸ਼ਬਦਾਂ ਵਿੱਚ ਉਹਨਾਂ ਦਾ ਵਾਰ ਵੀ ਕਰਦੇ ਨੇ। ਵੱਡੀ ਗੱਲ ਇਹ ਹੈ ਦੋਸਤੋ ਕਿ ਕੱਲ੍ਹ ਤਾਂ ਸੁਖਜਿੰਦਰ ਰੰਧਾਵਾ ਜੀ ਦਾ ਅਸਤੀਫਾ ਵੀ ਮੰਗ ਲਿਆ ਸੀ ਬਿਕਰਮਜੀਤ ਸਿੰਘ ਮਜੀਠੀਆ ਉਹਨਾਂ ਨੇ। ਅਸਲ ਵਿੱਚ ਗੱਲ ਕੀ ਹੈ, ਪੂਰੀ ਗੱਲਬਾਤ ਲਈ ਚੱਲਦੇ ਹਾਂ ਆਪਾਂ USA, ਜਿਸ ਤੋਂ ਮੇਰੇ ਨਾਲ ਸੰਧੂ ਸਾਹਿਬ ਜੁੜੇ ਨੇ, ਉਹਨਾਂ ਤੋਂ ਲੈਂਦੇ ਹਾਂ ਅਪਡੇਟ। ਸੰਧੂ ਸਾਹਿਬ, ਕੀ ਅਪਡੇਟ ਹੈ ਤੁਹਾਡੇ ਕੋਲ ਇਸ ਖਬਰ ਨੂੰ ਲੈ ਕੇ? ਸਮਝੋਤਾ ਜੀ, ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ। ਖਬਰ ਦਾ ਤੁਸੀਂ ਵੀ ਸੁਣਿਆ ਹੀ ਆ, ਜੇ ਉਹਨਾਂ ਨੇ ਬੜੇ ਜਵਾਕ ਕਿਹਾ ਹੈ ਤੇ ਮੈਂ ਜੇ ਜਿਨ੍ਹਾਂ ਨੇ ਮੇਰੇ ਤੇ ਇਲਜ਼ਾਮ ਲਿਆ ਲਾਇਆ ਹੈ ਉਹਨਾਂ ਦਾ ਕੱਖ ਨਾ ਰਹਿ ਕੇ ਜੇ ਮੈਂ ਕੀਤਾ ਤੇ ਮੇਰਾ ਰਹਿ, ਇਹਦਾ ਮਤਲਬ ਉਹਨਾਂ ਬਹੁਤ ਭਾਵੁਕ ਹੋ ਕੇ ਕਿਹਾ ਆ। ਜੇ ਉਹਨਾਂ ਨੇ ਕੀਤਾ ਵਾ ਨਾ, ਤੇ ਇੰਨੀ ਗੱਲ ਕੋਈ ਆਦਮੀ ਕਹਿੰਦਾ ਨੀ ਤਾਂ ਬਿਲਕੁਲ ਇੰਨੀ ਉਹਨਾਂ ਨੇ ਗੱਲ ਕਹਿਤਾ, ਜਿਹੜਾ ਉਹਨਾਂ ਅੱਜ ਜਾ ਦਿੱਤਾ ਨੀ ਉਹ ਗੱਲ ਕਹਿੰਦਾ ਸੀਗਾ। ਬਾਕੀ ਇੱਕ ਮਹੀਨੇ ਦੇ ਗੁਲਟੀ ਦਾ ਇਲਜ਼ਾਮ ਹੈਗੇ ਆ, ਇੱਕ ਜੇ ਉਹ ਲਾਉਣ ਦੇ ਲਾਈ ਜਾਣ, ਪਰ ਮੈਨੂੰ ਜਿੱਥੇ ਤੀਕ ਮੇਰੀ ਜੱਜਮੈਂਟ ਆ, ਇਹਦੇ ਵਿੱਚ ਕਿਸੇ ਦੇ ਨਹੀਂ। ਵੱਡੀ ਗੱਲ ਇਹ ਹੈ ਸੰਧੂ ਸਾਹਿਬ ਜਸਵੰਤ ਜੀ ਕਿ ਵੀਡੀਓ ਤੇ ਕਿਤੇ ਨਾਲ ਹੀ ਬਣਾਈ ਗਈ ਹੈ ਇਹਨਾਂ ਦੇ ਵਿੱਚੋਂ ਖਾਸ ਬੰਦੇ ਨੇ, ਕਿਉਂਕਿ ਮੰਤਰੀ ਸਾਹਿਬ ਕੋਲ ਤਾਂ ਸਿਰਫ ਤੋਂ ਸਿਰਫ ਕੋਈ ਖਾਸ ਬੰਦਾ ਹੀ ਜਾ ਸਕਦਾ, ਆਮ ਬੰਦਾ ਤਾਂ ਉਹਨਾਂ ਦੇ ਕੋਲ ਜਾ ਹੀ ਨਹੀਂ ਸਕਦਾ। ਦੇਖੋ ਗੱਲ ਇਹ ਹੈ ਨਾ, ਅੱਜ ਕੱਲ ਤਾਂ ਜੋੜ ਜਾੜ ਕੇ ਬਣਾ ਹੀ ਲੈਂਦੀ, ਹੋ ਸਕਦਾ ਜੋੜ ਕੇ ਬਣਾਈ ਨੀ ਹੋਵੇ। ਇਹ ਤਾਂ ਦੇਖੋ ਪਹਿਲਾਂ ਏਡਾ ਵੱਡਾ ਮੁੱਦਾ ਜਿਹੜਾ ਉਹ ਤਾਂ ਕਿਤੇ ਹੱਲ ਨੀ ਹੋਇਆ ਗੁਰੂ ਗ੍ਰੰਥ ਸਾਹਿਬ ਵਾਲਾ, ਤੇ ਇਹ ਇੱਕ ਨਵਾਂ ਉਹਦੇ ਬਰਾਬਰ ਇਹਨਾਂ ਨੇ ਜਾਣ ਕੇ ਸ਼ੁਰੂ ਕਰ ਦਿੱਤਾ। ਮੈਂ ਤਾਂ ਸਮਝਦਾ ਵੀ ਇਹਦੇ ਵਿੱਚ ਕਿਸੇ ਕਿੰਨੇ ਇਹਨਾਂ ਦੇ ਕਾਫ ਲੀਡਰ ਦੀ ਸ਼ਹਿ ਆ, ਵੀ ਜਿਵੇਂ ਸਿੱਧਾ ਮੁੱਖੇ ਜਾਇਆ ਤੋਂ ਜਾਓ। ਮਤਲਬ ਤੁਹਾਡੇ ਮੁਤਾਬਕ ਇਸ ਵੀਡੀਓ ਨਾਲ ਛੇੜਛਾੜ ਕੀਤੀ ਗਈ ਹੈ? ਰੰਧਾਵਾ ਸਾਹਿਬ ਕੀ ਇਹਨਾਂ ਇਸ ਤਰ੍ਹਾਂ ਦੀਆਂ ਚੀਜ਼ਾਂ ਦੇ ਨਾਲ ਜਿਹੜੀ ਉਹਨਾਂ ਦੀ ਮਤਲਬ ਕਹਿ ਸਕਦੇ ਆ ਉਹਨਾਂ ਦਾ ਕਰੈਕਟਰ ਹੈ ਜਾਂ ਉਹਨਾਂ ਦੇ ਕੰਮ ਕਰਨ ਦਾ ਸਟਾਈਲ ਹੈ, ਕੀ ਉੱਤੇ ਬ੍ਰੇਕ ਲੱਗੇਗੀ? ਲੇਕਿਨ ਖਾਸ ਕਰਕੇ ਜਦੋਂ ਸ਼੍ਰੋਮਣੀ ਅਕਾਲੀ ਦਲ ਵਿਰੋਧ ਕਰਦੀ ਹੈ ਤਾਂ ਉਸ ਵਿਰੋਧ ਨੂੰ ਤੁਸੀਂ ਕਿਸ ਨਜ਼ਰੀਏ ਨਾਲ ਦੇਖਦੇ ਹੋ? ਦੁਨੀਆ ਸਾਰੀ ਨੂੰ ਪਤਾ ਵੀ ਮਜੀਠੀਆ ਕਿਹੋ ਜਿਹਾ, ਸਾਰੀ ਦੁਨੀਆਂ ਨੇ ਵੇਖਿਆ, ਇਹਨਾਂ ਨੇ ਇਹਨਾਂ ਦਾ ਰਾਜ ਵੀ ਲੋਕਾਂ ਨੇ ਵੇਖਿਆ, ਤੇ ਹੁਣ ਇਹਨਾਂ ਦਾ ਵੇਖੀ ਜਾਂਦੇ ਆ, ਫਰਕ ਤਾਂ ਕਿਸੇ ਚ ਵੀ ਹੈ ਨੀ। ਮਤਲਬ ਇਹ ਜਿਹੜਾ ਵਿਵਾਦ ਹੈ, ਹੁਣ ਮਜੀਠੀਆ ਸਾਹਿਬ ਨੇ ਕੱਲ੍ਹ ਪਰਸੋਂ ਇੱਕ ਲੁਧਿਆਣੇ ਵਿੱਚ ਪ੍ਰੈਸ ਕਾਨਫਰੰਸ ਕੀਤੀ ਹੈ, ਉਸ ਪ੍ਰੈਸ ਕਾਨਫਰੰਸ ਦੇ ਵਿੱਚ ਬਕਾਇਦਾ ਤੌਰ 'ਤੇ ਇਹਨਾਂ ਨੇ ਸੁੱਖੀ ਰੰਧਾਵਾ ਜੀ ਦਾ ਅਸਤੀਫਾ ਮੰਗਿਆ। ਉਹ
ਨਹੀਂ ਕੈਪਟਨ ਸਾਹਿਬ ਤਾਂ ਬੜਾ ਵਧੀਆ ਕੰਮ ਕਰ ਰਹੇ ਨੇ ਪੰਜਾਬ ਦੇ ਵਿੱਚ। ਔਰ ਜੇ ਪਿਛਲੇ ਦਿਨਾਂ ਦੀ ਗੱਲ ਕਰੀਏ ਤੇ 1,30,00,000 ਦੇ ਚੈੱਕ ਵੀ ਵੰਡੇ ਗਏ ਨੇ ਮੌੜ ਮੰਡੀ ਵਿੱਚ ਪੰਜਾਬ ਸਰਕਾਰ ਵੱਲੋਂ। ਸੰਤ ਸਾਹਿਬ ਤੁਸੀਂ ਵੀ ਇੰਨੀ ਦੇਰ ਤੋਂ ਮਤਲਬ ਰਾਜਨੀਤੀ ਦੇ ਨਾਲ ਜੁੜੇ ਹੋ, ਕਦੇ ਸਰਕਾਰਾਂ ਦੇ ਖਜ਼ਾਨੇ ਖਾਲੀ ਹੋ ਸਕਦੇ ਹੈ? ਬਹੁਤ ਬਹੁਤ ਮਿਹਰਬਾਨੀ ਸੰਧੂ ਸਾਹਿਬ, ਤੁਸੀਂ ਸਾਡੇ ਨਾਲ ਜੁੜੇ ਹੋ USA ਤੋਂ, ਸਾਡੇ ਨਾਲ ਗੱਲਬਾਤ ਕੀਤੀ, ਬਹੁਤ ਚੰਗਾ ਲੱਗਾ। ਔਰ ਖਜ਼ਾਨੇ ਹਮੇਸ਼ਾ ਕਹਿੰਦੇ ਜੇ ਨੀਅਤ ਚੰਗੀ ਹੋਵੇ ਤਾਂ ਕਦੇ ਵੀ ਖਜ਼ਾਨਾ ਜਿਹੜਾ ਖਾਲੀ ਨਹੀਂ ਹੋ ਸਕਦਾ। ਬਾਕੀ ਸੁਖੀ ਰੰਧਾਵਾ ਔਰ ਬਿਕਰਮਜੀਤ ਸਿੰਘ ਮਜੀਠੀਆ ਵੱਲੋਂ ਜੋ ਇੱਕ ਦੂਜੇ ਦੇ ਨਾਲ ਇਲਜ਼ਾਮਬਾਜ਼ੀ ਲਾ ਰਹੇ ਨੇ, ਉਹ ਸਾਰੇ ਕਹਿ ਰਹੇ ਨੇ ਪੋਲੀਟੀਕਲ ਸਟੰਟ ਹੈ, ਹੋਰ ਉਹਦੇ ਵਿੱਚ ਸੱਚਾਈ ਕੁਛ ਨਹੀਂ ਹੈ। ਸੁਖੀ ਰੰਧਾਵਾ ਜੀ ਵੀ ਬੜੇ ਸੁਲਝੇ ਹੋਏ ਇਨਸਾਨ ਨੇ ਔਰ ਬਿਕਰਮਜੀਤ ਸਿੰਘ ਮਜੀਠੀਆ ਬਾਰੇ ਵੀ ਉਹਨਾਂ ਨੇ ਦੱਸਿਆ ਹੈ, ਐਸੀ ਕੋਈ ਗੱਲ ਨਹੀਂ ਹੈ। ਬਾਕੀ ਗੱਲ ਇਹ ਹੀ ਹੈ ਵੀ ਕਿਤੇ ਨਾ ਕਿਤੇ ਇੱਕ ਪਾਰਟੀ ਦਾ ਵਿਰੋਧ ਕਰਨਾ ਜ਼ਰੂਰੀ ਮੰਨਿਆ ਜਾਂਦਾ ਹੈ ਔਰ ਇੱਕ ਪਾਰਟੀ ਜੇ ਚੰਗਾ ਕੰਮ ਵੀ ਕਰਦੀ ਹੈ। ਵੈਸੇ ਇਸ ਵਾਇਰਲ ਵੀਡੀਓ ਤੋਂ ਬਾਅਦ ਦੀ ਵੀ ਗੱਲ ਕਰ ਰਹੀ ਹੈ, ਰੰਧਾਵਾ ਸਾਹਿਬ ਕੋਈ ਚੰਗਾ ਵੀ ਕੰਮ ਕਰ ਲੈਣ ਤਾਂ ਵਿਰੋਧੀ ਹਮੇਸ਼ਾ ਤੰਜ ਜਿਹੜੇ ਉਹ ਆਪਣੇ ਹਿਸਾਬ ਦੇ ਨਾਲ ਕੱਸਦੇ ਰਹਿੰਦੇ ਨੇ। ਸ਼ਾਇਦ ਇਹ ਹੀ ਇੱਕ ਰਾਜਨੀਤੀ ਦਾ ਨਾਮ ਦਿੱਤਾ ਜਾਂਦਾ ਹੈ। ਇਹ ਸੀ ਹੁਣ ਤੱਕ ਦੀ ਅਪਡੇਟ। ਨਵੀਆਂ ਅਤੇ ਤਾਜ਼ਾ ਖਬਰਾਂ ਲਈ ਜੁੜੇ ਰਹੋ ਏਵਨ ਪੰਜਾਬੀ TV ਦੇ ਨਾਲ। ਦੇਸ਼ ਵਿਦੇਸ਼ ਵਿੱਚ ਪ੍ਰਸਿੱਧ ਪੰਡਿਤ ਹਰੀਸ਼ ਕੁਮਾਰ ਜੀ ਨੂੰ ਬਿਨਾਂ ਦੱਸੇ ਆਪਣੇ ਦਿਲ ਦੀ ਗੱਲ ਜਾਣੋ। ਕੀਤਾ ਕਰਾਇਆ ਜਾਦੂ ਟੋਣਾ ਗ੍ਰਹਿ ਕਲੇਸ਼, ਕਾਰੋਬਾਰ ਅਤੇ ਵਿਦੇਸ਼ ਸੰਬੰਧੀ ਆਪਣੀ ਹਰ ਸਮੱਸਿਆ ਬਾਰੇ ਤੁਸੀਂ ਪੰਡਿਤ ਜੀ ਨੂੰ ਬਿਨਾਂ ਦੱਸੇ ਜਾਣ ਸਕਦੇ ਹੋ। ਪੰਡਿਤ ਹਰੀਸ਼ ਕੁਮਾਰ ਜੀ ਨੂੰ ਬਿਨਾਂ ਦੱਸੇ ਆਪਣੇ ਦਿਲ ਦੀ ਗੱਲ ਜਾਣੋ। ਪੰਡਿਤ ਹਰੀਸ਼ ਕੁਮਾਰ ਜੀ ਨੂੰ ਬਿਨਾਂ ਦੱਸੇ ਆਪਣੇ ਦਿਲ ਦੀ ਗੱਲ ਜਾਣੋ।